ਤੁਸੀਂ ਦੇਖੋਗੇ ਜਿਹੜੇ ਵਿਜੀਲੈਂਸ ਦੇ ਪਰਚੇ ਸਾਡੇ ਵਾਲਿਆਂ ਤੇ ਹੋਏ ਯਾਰ ਸਾਡੇ ਵਾਲਿਆਂ ਨੂੰ ਕਹਿ ਕਹਿ ਕੇ ਕਿ ਇਹਨੇ 2000 ਕਰੋੜ ਦਾ ਕਫਲਾ ਕੀਤਾ ਹੈ 3000 ਰੁਪਏ ਉਹਨਾਂ ਦੇ ਘਰੋਂ ਮਿਲੇ ਭਗਤ ਸਿੰਘ ਦੀਆਂ ਸੌਂ ਖਾਣ ਵਾਲੇ ਜਿਹੜਾ ਪਾਰਕ ਦਾ ਬਿੱਲ ਹੈ ਸਾਹਮਣੇ ਬਿਜਲੀ ਦਾ ਬਿੱਲ ਉਹ ਕਨੈਕਸ਼ਨ ਕੱਟਿਆ ਹੋਇਆ ਹੈ 8 ਮਹੀਨਿਆਂ ਤੋਂ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਸਾਨੇ ਪਹਿਲੀ ਸਾਡੇ ਧਰਨੇ 'ਚ ਕਹਿ ਦਿੱਤਾ ਸੀ ਕਹਿੰਦੇ ਹੁਣ ਇਹ ਦਿੱਲੀ ਦੀ ਤਰਜ਼ ਤੇ ਤੁਹਾਡੇ ਆਪਣਾ ਇੱਕ ਮੰਤਰੀ ਫੜਨਗੇ ਫਿਰ ਇਹ ਕਹਿਣਗੇ ਵੀ ਦੇਖੋ ਅਸੀਂ ਕਿੰਨੀ ਕੱਟੜ ਇਮਾਨਦਾਰ ਸਰਕਾਰ ਕਿਤੇ ਇਹਦਾ ਨਹੀਂ ਹੋ ਕਿ ਹੁਣ ਸਕ੍ਰਿਪਟ ਪੁੱਠੀ ਪੈਂਦੀ ਨਜ਼ਰ ਆ ਗਈ ਹੈ ਤਾਂ ਪੈ ਗਈ ਹੈ ਤੁਸੀਂ ਦੇਖੋ ਪਹਿਲਾਂ ਦੋ ਮੁਕੱਦਮੇ ਉੱਥੇ ਦਰਜ ਕੀਤੇ ਉਹ ਮਾਨਯੋਗ ਅਦਾਲਤ ਨੇ ਉਹ ਖਾਰਜ ਕਰਤੇ ਉਹ ਬੱਗੇ ਤੇ ਅਲਕਾ ਲਾਂਬਾ ਤੇ ਕੁਮਾਰ ਵਿਸ਼ਵਾਸ ਤੇ ਔਰ ਆ ਤੁਸੀਂ ਦੇਖੋਗੇ ਜਿਹੜੇ ਵਿਜੀਲੈਂਸ ਦੇ ਪਰਚੇ ਸਾਡੇ ਵਾਲਿਆਂ ਤੇ ਹੋਏ ਯਾਰ ਸਾਡੇ ਵਾਲਿਆਂ ਨੂੰ ਕਹਿ ਕਹਿ ਕੇ ਕਿ ਇਹਨੇ 2000 ਕਰੋੜ ਦਾ ਕਫਲਾ ਕੀਤਾ ਹੈ 3000 ਰੁਪਏ ਉਹਨਾਂ ਦੇ ਘਰੋਂ ਮਿਲੇ ਕੋਈ ਚੀਜ਼ ਨਹੀਂ ਲੱਭੀ 8 ਦਿਨਾਂ ਦੇ ਰਿਮਾਂਡ 'ਚ ਤੇ ਅਸੀਂ ਜਿਹਨਾਂ ਲੋਕਾਂ ਨੂੰ ਬਰਖਾਸਤ ਕੀਤਾ ਸੀ ਪਾਰਟੀ ਨੇ ਛੱਡਿਆ ਸੀ ਪਹਿਲੀ ਵਾਰੀ ਕਾਂਗਰਸ ਪਾਰਟੀ ਨੇ ਆਪਦੇ ਮੰਤਰੀਆਂ ਤੋਂ ਲਾਏ ਸਨ ਇਹ ਤਾਂ ਬਾਜਵਾ ਸਾਹਿਬ ਕਹਿ ਕੇ ਕਿ ਥੱਕੇ ਉਹ ਭਾਜਪਾ ਵਾਲਿਆਂ ਨੂੰ ਕਿਉਂ ਉੱਧਰ ਕੋਈ ਮੈਕਸੀਕੋ ਦਾ ਬਾਰਡਰ ਹੈ ਤੇ ਜਦੋਂ ਫੜਿਆ ਤਾਂ ਸਮਾਨ ਵੀ ਗਿਰ ਗਿਆ ਬਿੱਲ ਵੀ ਨਹੀਂ ਹਾਂ ਭਗਤ ਸਿੰਘ ਦੀਆਂ ਸੌਂ ਖਾਣ ਵਾਲੇ ਜਿਹੜਾ ਪਾਰਕ ਦਾ ਬਿੱਲ ਹੈ ਸਾਹਮਣੇ ਬਿਜਲੀ ਦਾ ਬਿੱਲ ਉਹ ਕਨੈਕਸ਼ਨ ਕੱਟਿਆ ਹੋਇਆ ਹੈ 8 ਮਹੀਨਿਆਂ ਤੋਂ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਮੈਂ ਤੇ ਬਾਜਵਾ ਸਾਹਿਬ ਨੇ ਔਰ ਸਮੁੱਚੀ ਕਾਂਗਰਸ ਪਾਰਟੀ ਨੇ ਮਨ ਬਣਾਇਆ ਕਿ ਕਾਂਗਰਸ ਪਾਰਟੀ ਇਹ ਜਿਹੜਾ ਇਹਨਾਂ ਦਾ ਬਿੱਲ ਹੈ ਆ ਮੇਰਾ ਖਿਆਲ ਤਕਰੀਬਨ 2 ਲੱਖ ਰੁਪਏ ਦਾ ਹੈਗਾ 20,000 ਕੁਛ 1,60,000 ਕੁਛ ਹੈ ਉਹ ਹਾਂਜੀ 20,000 ਦਾ ਦੱਸਿਆ ਜਿਹੜਾ ਸਰਪੰਚ ਨੇ ਦੱਸਿਆ 1,60,000 ਰੁਪਇਆ ਤਨਖਾਹਾਂ ਤੁਖੋਂ ਹੈ ਅਸੀਂ ਤਕਰੀਬਨ ਜਿਹੜਾ 2 ਲੱਖ ਰੁਪਇਆ ਬਣੇਗਾ ਉਹ ਅਸੀਂ ਸੋਮਵਾਰ ਨੂੰ ਕਾਂਗਰਸ ਕਮੇਟੀ ਦੇ ਦਫ਼ਤਰ ਚੋਂ ਇਹਨਾਂ ਨੂੰ ਚੈੱਕ ਕੈਪਟਨ ਸਾਹਿਬ ਸੁੰਦਰ ਅਰੋੜਾ ਨੂੰ ਫੜਿਆ ਕੀ ਖਿਆਲ ਤੁਹਾਡਾ ਚਲੋ ਜੀ ਕਿਸੇ ਨੂੰ ਲੈ ਆਉਣ ਫੈਸਲੇ ਤਾਂ ਇਹ ਬਹੁਤ ਲਿਆਏ ਫੈਸਲਾ ਤਾਂ ਆਟਾ ਦੇਣ ਦਾ ਵੀ ਸੀ ਫੈਸਲਾ ਤਾਂ 1,000 ਰੁਪਇਆ ਦੇਣ ਦਾ ਵੀ ਸੀ ਬੜੇ ਬੜੇ ਫੈਸਲੇ ਸਨ ਲੇਕਿਨ ਫੈਸਲਾ ਤਾਂ ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣ ਦਾ ਸੀ ਲੇਕਿਨ ਫੈਸਲਾ ਤਾਂ ਸਾਦਗੀ ਰੱਖਣ ਦਾ ਸੀ ਹੁਣ ਜਹਾਜ਼ ਲੈ ਜਾ ਰਹੇ ਠੀਕ ਠੀਕ ਸਰ ਥੈਂਕ ਯੂ